ਆਪਣੇ ਲੱਗੇ ਸੀ ਕਾਫੀ ਮਾਤਰਾ ਦੇ ਵਿੱਚ ਗੁਲਾਬ ਦੇ ਫੁੱਲ ਜਿਨ੍ਹਾਂ ਨੂੰ ਤੋੜ ਕੇ ਆਪਾਂ ਪ੍ਰਾਂਚ ਪਾ ਕੇ ਸਜਾ ਕੇ ਜੇ ਰੱਖ ਲਿਆ ਫਿਰ ਸੋਚਿਆ ਕਿ ਕੀ ਕੀਤਾ ਜਾਵੇ ਇੰਨੇ ਫੁੱਲਾਂ ਦਾ ਤੇ ਦਿਮਾਗ 'ਚ ਆਇਆ ਕਿਉਂ ਨਾ ਗਲਕੰਦ ਬਣਾਈ ਜਾਵੇ ਤੇ ਗਲਕੰਦ ਮੈਨੂੰ ਬਣਾਉਣੀ ਨਹੀਂ ਆਉਂਦੀ ਸੀ ਤੇ ਫਿਰ ਮੈਂ ਆਪਣੀ ਨਾਨੀ ਨੂੰ ਲਾਇਆ ਫੋਨ ਤੇ ਨਾਨੀ ਤੋਂ ਪੁੱਛਿਆ ਗਲਕੰਦ ਕਿਵੇਂ ਬਣਦੀ ਹੈ ਗੁਲਾਬ ਦੀਆਂ ਪੱਤੀਆਂ ਨੂੰ ਆਪਾਂ ਕਰ ਲਿਆ ਅਲੱਗ-ਅਲੱਗ ਅਲੱਗ-ਅਲੱਗ ਕਰਨ ਤੋਂ ਬਾਅਦ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਨਿਵਾਵਾਂਗੇ ਚੰਗੀ ਤਰ੍ਹਾਂ ਨਿਵਾਉਣ ਤੋਂ ਬਾਅਦ ਇੱਕ ਜਾਲੀ ਵਾਲੀ ਟੋਕਰੀ ਦੇ ਵਿੱਚ ਇਹਨਾਂ ਨੂੰ ਕੱਢ ਲਵਾਂਗੇ ਤਾਂ ਜੋ ਜਿਹੜਾ ਇਹਨਾਂ ਦਾ ਐਕਸਟਰਾ ਪਾਣੀ ਆ ਉਹ ਡਰੇਨ ਹੋ ਜਾਵੇ ਉਸ ਤੋਂ ਬਾਅਦ ਇੱਕ ਕੱਪੜੇ ਦੇ ਉੱਪਰ ਖੰਡਾਰ ਕੇ 3-4 ਘੰਟੇ ਲਈ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸੁਕਾ ਲਵਾਂਗੇ ਇੱਕ ਆਪਾਂ ਭਾਂਡਾ ਲੈ ਲੈਣਾ ਉਹਦੇ ਵਿੱਚ ਥੋੜੀਆਂ ਜੀਆਂ ਗੁਲਾਬ ਦੀਆਂ ਪੱਤੀਆਂ ਪਾ ਲੈਣੀਆਂ ਤੇ ਵਿੱਚ ਆਪਾਂ ਪਾ ਲੈਣੀ ਆ ਮਿਸ਼ਰੀ ਮਿਸ਼ਰੀ ਦੀ ਜਗ੍ਹਾ ਪਖੰਡ ਦੀ ਵੀ ਵਰਤੋਂ ਕਰ ਸਕਦੇ ਆ ਪਰ ਆਪਾਂ ਇੱਥੇ ਖੰਡ ਨਹੀਂ ਵਰਤ ਰਹੇ ਮਿਸ਼ਰੀ ਵਰਤ ਰਹੇ ਆ ਕਿਉਂਕਿ ਮਿਸ਼ਰੀ ਸਰੀਰ ਲਈ ਹੈਲਦੀ ਹੁੰਦੀ ਆ ਤੇ ਇਸੇ ਤਰ੍ਹਾਂ ਥੋੜੀਆਂ ਜਿਹੀਆਂ ਗੁਲਾਬ ਦੀਆਂ ਪੱਤੀਆਂ ਥੋੜੀ ਜਿਹੀ ਵਿੱਚ ਮਿਸ਼ਰੀ ਲਈ ਜਾਵਾਂਗੇ ਅਗਰ ਤੁਸੀਂ ਚਾਹੋ ਤਾਂ ਚੀਨੀ ਵੀ ਪਾ ਸਕਦੇ ਹੋ ਆਪਾਂ ਚੰਗੀ ਤਰ੍ਹਾਂ ਇਹਨੂੰ ਮਸਲਣਾ ਤੇ ਮਸਲ ਮਸਲ ਕੇ ਕੱਢ ਦੇਣਾ ਕਚੂਮਰ ਪਰ ਮੈਨੂੰ ਆ ਰਹੀ ਹੈ ਤੇ ਦਿੱਕਤ ਕਿਉਂਕਿ ਮੈਂ ਸਾਰੀ ਰਾਤ ਪੱਤੀਆਂ ਸੁੱਕਣ ਲਈ ਰੱਖ ਦਿੱਤੀਆਂ ਉਹ ਜਿਆਦਾ ਹੀ ਸੁੱਕ ਗਈਆਂ ਨਵੀਂ ਬਿਲਕੁਲ ਹੀ ਖਤਮ ਹੋ ਗਈ ਪਰ ਤੁਸੀਂ ਇਹ ਗਲਤੀ ਨਾ ਕਰਿਓ ਤੇ ਆਪਾਂ ਇਹ ਕੱਚ ਦੇ ਡੱਬੇ ਦੇ ਵਿੱਚ ਪਾ ਕੇ ਧੁੱਪ ਲਵਾਵਾਂਗੇ ਤੇ ਤੁਸੀਂ ਵੀ ਹੋ ਸਕੇ ਤਾਂ ਕੱਚ ਜਾਂ ਚੀਨੀ ਜਾਂ ਮਿੱਟੀ ਦਾ ਭਾਂਡਾ ਇਹਨੂੰ ਹੀ ਬਰਤੋ ਵਿੱਚ ਲੈ ਕੇ ਆਇਓ ਕਿਉਂਕਿ ਪਲਾਸਟਿਕ ਜ਼ਿਆਦਾ ਸਹੀ ਨਹੀਂ ਰਹਿੰਦੀ ਆਪਾਂ ਧੁੱਪ ਲਵਾਣੀ ਹੁੰਦੀ ਹੈ। ਬਾਕੀ ਤੁਸੀਂ 10 ਦਿਨ ਬਾਅਦ ਦਾ ਰਿਜ਼ਲਟ ਦੇਖ ਸਕਦੇ ਹੋ 10 ਦਿਨ ਹੋ ਗਏ ਇਹਨੂੰ ਧੁੱਪੇ ਰੱਖਦੀ ਨੂੰ। ਬਹੁਤ ਵਧੀਆ ਗਲਕੰਤ ਤਿਆਰ ਹੋ ਗਈ ਤੇ ਜਿੰਨੀ ਜ਼ਿਆਦਾ ਧੁੱਪ ਲੱਗੂ ਉੰਨੀ ਜ਼ਿਆਦਾ ਵਧੀਆ ਤਿਆਰ ਹੋਊ। ਅਗਰ ਤੁਹਾਡੇ ਘਰੇ ਗਲਾਬ ਲੱਗਿਆ ਤਾਂ ਤੁਸੀਂ ਵੀ ਗਲਕੰਦ ਜ਼ਰੂਰ ਬਣਾਓ ਇਹ ਸਾਡੇ ਸਰੀਰ ਲਈ ਕਾਫੀ ਫਾਇਦੇਮੰਦ ਹੁੰਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ